ਕਿਵੇਂ ਹੋ ਉਹ ਛੀਮਿਆ ਮੁੜ ਜਾ ਇਹ ਵੈਰ ਸੱਤਾ ਨਸਲਾਂ ਤੱਕ ਜਾਣਾ ਹੀ ਹੋ ਨੰਬਰ ਆ ਸੈਮੀ ਆ ਗਿਆ ਸੈਮੀ ਬੰਦਾ ਇੱਕ ਹੋਰ ਆ ਗਿਆ ਸਾਡਾ ਠੀਕ ਹੈ ਜੇ ਕੜੀ ਖਾਣੀ ਦੀ ਗੱਲ ਕਰ ਜੇ ਤੂੰ ਗੋਸ਼ਤ ਖਾਣਾ ਤੇ ਫਿਰ ਭਾਈ ਹੁਣੇ ਦੱਸ ਦੇ ਕੈਮਰੇ ਦੇ ਵਿੱਚ अंधेरे कोई ना सच्चे पातशाह ने मेहनत नू लाउणे चार चन्न जी अस्सलाम वालेकुम जी सत श्री अकाल मैं जमगिल और तुसी देख रहे हो जमगिल व्लॉग्स ते अज असी जा रहे हैं लाहौर तो फैसलाबाद नाल ने मेरे गोगा सरूरी भाजी सो पूरी दुनिया दे विच जिहड़े पंजाबी ने जिथे जिथे भी बैठे ने सो गोगा भाजी नू जरूर जानते हैं मेला टीवी दे राही सो इन्हां दे काम दे राही जिथे भी लोग जिहड़े देखते हैं चैनल नू और इन्हां नू बहुत प्यार करते हैं सो भाजी दे नाल अज फैसलाबाद जा रहे हैं लाहौरों फर्स्ट मोटरवे ते भाजी बड़ी सोहनी धुप लगी हुई है बाबा दिन बाद धुप लगी है भाई जरा धुप दिखाओ इन्होंने धुप भी दिखाने एक डायलॉग आता छीमिया मुड़ जा कलाकार ने गोगा भाजी भाई सलीम होर करते सो बाकी गल्लां बातां लैलपुर पहुंचांगे नासर ਲੋ ਭਾਜੀ ਦੇ ਕੋਲ ਜਾ ਰਿਹਾ ਵਾਂ ਤੇ ਨਾਲ ਗੋਗੇ ਭਾਜੀ ਦੇ ਸੋ ਦਿਖਾਉਂਦੇ ਆ ਨਾਲ ਨਾਲ ਜਿਵੇਂ ਜਿਵੇਂ ਜਾਵਾਂ ਲੋ ਜੀ ਗੋਗਾ ਭਾਈ ਦੇ ਧੁੱਪ ਮਹਾ ਦੇ ਉੱਤੇ ਧੁੱਪ ਵੀ ਲੱਗੀ ਆ ਸੋ ਲਾਹੌਰੋਂ ਜਿਹੜਾ ਇਸਲਾਮਾਬਾਦ ਨੂੰ ਮੋਟਰਵੇ ਜਾਂਦਾ ਸੀ ਉਹਦੇ ਉੱਤੇ ਆ ਨਾਲ ਨਾਲ ਰੋਡ ਵੀ ਦੇਖ ਲਓ ਜਿਹੜੇ ਬਾਹਰ ਬੈਠੇ ਲੋਕ ਨੇ ਹੁਣ ਪਤਾ ਲੱਗ ਜਾਏ ਪਾਕਿਸਤਾਨ ਦੇ ਵਿੱਚ ਕਿਵੇਂ ਆ ਸਾਡੇ ਨਾਲ ਆ ਕੋਈ ਸ਼ਰੀਫ ਡਰਾਈਵਰ ਹੀ ਆ ਜਿਹੜਾ ਸੈਂਟਰ ਚੋਂ ਇੱਧਰ ਨਹੀਂ ਆ ਰਿਹਾ ਹੈ ਜਿਹੜਾ ਹਾਂ ਵੱਡੀ ਗੱਡੀ ਵਾਲਾ ਹਾਂਜੀ ਨਹੀਂ ਤੇ ਇੱਕ ਦਮ ਐ ਨੂੰ ਆ ਜਾਂਦੇ ਆ ਰਾ ਦਿੰਦੇ ਆਈ ਤੇ ਕੋਈ ਐਕਸਟਰਾ ਰਸ਼ ਬਣਿਆ ਪਿਆ ਵਾ ਹਾਂ ਰਸ਼ ਆਈ ਕਾਫੀ ਤੇ ਭਾਜੀ ਆ ਦੇਖੋ ਆ ਚਮਲ ਕੀ ਕਰ ਰਿਹਾ ਟਰੱਕ ਵਾਲੇ ਬਹੁਤ ਖਰਾਬ ਕਰਦੇ ਆਪਾਂ ਪਹੁੰਚ ਗਏ ਫੈਸਲਾਬਾਦ ਤੇ ਆਪਾਂ ਬੰਦਾ ਬਦਲ ਲਿਆ ਹੁਣ ਆ ਭਾਜੀ ਆ ਗਏ ਕਿਵੇਂ ਹੋ ਭਾਜੀ ਠੀਕ ਠਾਕ ਬਿਲਕੁਲ ਠੀਕ ਵਧੀਆ ਗੋਗਾ ਪਸਰੂਰੀ ਛੱਡ ਗਿਆ ਤੇ ਭਾਜੀ ਨੂੰ ਨਹੀਂ ਮਿਲਿਆ ਨਹੀਂ ਮੈਂ ਤਾਂ ਨਾ ਚੱਬਾ ਹੁੰਦਾ ਗੋਗਾ ਬਿੰਦਾ ਗੱਪਸ਼ਪ ਮਾਰਦੇ ਚਲੋ ਕੋਈ ਨਹੀਂ ਕੱਲ ਪਰਸੋਂ ਮੈਂ ਮਜ਼ਾਕ ਕਰ ਰਿਹਾ ਸੀ ਤੇ ਕੱਲ ਮੇਰਾ ਖਿਆਲ ਆਏਗਾ ਦੁਬਾਰਾ ਸੋ ਫੈਸਲਾਬਾਦ ਆ ਗਏ ਆ ਭਾਜੀ ਕੋਲ ਤੇ ਇਹਨਾਂ ਨੇ ਲਾਹੌਰ ਤੋਂ ਐਕਟਰ ਸੱਦੇ ਨੇ ਸਪੈਸ਼ਲ ਫਿਲਮਾਂ ਇੱਕ ਨੂੰ ਕਰਨੀਆਂ ਨੇ ਛੋਟੀ ਛੋਟੀ ਹਾਂ ਬੈਠਾ ਜੂਰਾ ਲੰਮਾ ਜੂਰਾ ਲੰਮਾ ਸੋ ਜੂਰੇ ਲੰਮੇ ਦਾ ਕੈਰੈਕਟਰ ਜਿਹੜਾ ਉਹ ਫੇਮਸ ਹੋ ਜਾਣਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੇਤਾ ਰੱਖਿਓ ਜੀ ਨਾਮ ਬਦਲਣਾ ਤਾਂ ਬਦਲ ਲਓ ਨਹੀਂ ਸਹੀ ਜੂਰਾ ਲੰਮਾ ਸਹੀ ਚਲੋ ਜੀ ਜ਼ੁਬਾਨ ਚੜ ਜਾਂਦਾ ਹਾਂ ਜੂਰਾ ਲੰਮਾ ਬਾਕੀ ਅੱਗੇ ਅੱਗੇ ਜਿਹੜੀ ਗੱਲ ਅੱਗੇ ਅੱਗੇ ਕੁਛ ਨਹੀਂਗਾ ਇਸ ਤੋਂ ਅੱਗੇ ਘਰ ਕੜੀ ਪੱਕੀ ਆ ਹਾਂ ਜੇ ਕੜੀ ਖਾਣੀ ਦੀ ਗੱਲ ਕਰ ਜੇ ਤੂੰ ਗੋਸ਼ਤ ਖਾਣਾ ਤਾਂ ਫਿਰ ਭਾਈ ਹੁਣੇ ਦੱਸ ਦੇ ਕੈਮਰੇ ਦੇ ਵਿੱਚ ਨਾ ਵੀ ਗੋਸ਼ਤ ਨਹੀਂ ਆਪਾਂ ਖਾਣਾ ਕੜੀ ਖਾਣੀ ਆ ਹਾਂ ਕੜੀ ਖਾ ਲਾਂਗੇ ਜੋ ਪੱਕਾ ਉਹ ਹੀ ਖਾ ਲਾਂਗੇ ਹੈਲੋ ਕੋਈ ਚੱਕਰ ਨਹੀਂ पहुंच गया फैसलाबाद आओ सैमी आ गया सैमी बंदा एक और आ गया साडा सर की हाल चाल ठीक ठाक सेहता ठीक है बढ़िया बढ़िया आ जांदा है सैमी भाई की हाल चाल ठीक ठाक ठीक है कदों आया तुम सैमी कहोगे सानू सैमी के बारा मोर ऑटो के सैमी सारे सैमी सैमी कहंदे ने हुण तां अच्छा ओ सेहता ठीक है ब्लॉग बना रहे हैं कि हां किवें चल रहे गाने यार मैं तेनु आप कहना सी मैसेज करके ब्लॉग बनाया कर कड़ी पक्की है जो गोश्त खाने दे मैं नहीं मैं जो पक्का घरे खा खा
ਕੋਈ ਨਹੀਂ ਕੋਈ ਤਾਂ ਚੰਗੀ ਹੈ ਕੜੀ ਕੋਈ ਚੱਕਰ ਨਹੀਂ ਕਿਉਂਕਿ ਕਦੀ ਕਦੇ ਹੀ ਬਣਦੀ ਆ ਹਾਂ ਤੇ ਹੋਰ ਕਿਵੇਂ ਆ ਗਾਣੇ ਗੁਣੇ ਤੇਰੇ ਵਧੀਆ ਚੱਲਦੇ ਗਾਣਾ ਰੀਸੈਂਟਲੀ ਆਇਆ ਹਫ਼ਤਾ ਕੁ ਹੋਇਆ ਹੁਣ ਪਹਿਲੀ ਨੂੰ ਫੇਰ ਆਉਣਾ ਗਾਣੇ ਆਈ ਜਾਂਦੇ ਆਪਣੇ ਫੁੱਲ ਕੰਮ ਲੱਗੇ ਆ ਭਾਈ ਮਿਹਨਤ ਕਰਨ ਕਦੋਂ ਜਾਣਾ ਹੁਣ ਕਰਨ ਘਰ ਦਾ ਨਾ ਪੁੱਛ ਲੱਗੇ ਕਿਹੜਾ ਗਾਣਾ ਆਉਣਾ ਗਾਣੇ ਹੀ ਦੱਸ ਹੁਣ ਨੈਵਰ ਬੈਕ ਡਾਊਨ ਆਇਆ ਵਾ ਹਫ਼ਤਾ ਕੁ ਹੋਇਆ ਅੱਛਾ ਹੁਣ ਡਿਲੀਟ ਗਾਣਾ ਆਉਣਾ ਗਾਣਾ ਸੁਣਾਵਾਂਗਾ ਫਿਰ ਸੁਣਾ ਦੇ ਥੋੜਾ ਸਮੀ ਗਾਣਾ ਜ਼ਰੂਰ ਸੁਣਾਉਂਦਾ ਮੈਂ ਮੈਂ ਕੱਟਣੀ ਨੀ ਗੀ ਰਣਜੀਤ ਬਾਵੇ ਨੇ ਰੁੱਸ ਪੈਣਾ ਜੀ ਰਣਜੀਤ ਬਾਵਾ ਤੇ ਆਪਣੇ ਭਰਾ ਨੇ ਏਡਾ ਵਧੀਆ ਗਾਇਆ ਇਹ ਉਸ ਤੋਂ ਪਹਿਲਾਂ ਜਿੰਨੇ ਕੋਸ਼ਿਸ਼ ਕੀਤੀ ਸੀ ਮੈਂ ਉਹਦੀ ਮਿਮਿਕਰੀ ਕਰਨ ਡਿਆ ਤੇ ਉਹ ਜਈਏ ਨੂੰ ਪਤਾ ਹੁੰਦਾ ਵੀ ਹੱਥ ਬੰਨ ਕੇ ਜਿਵੇਂ ਕਲਾਸ ਹੀ ਨਹੀਂ ਬੰਦਾ ਉਹ ਸਬਕ ਸੁਣਾਉਂਦਾ ਅਸੈਂਬਲੀ ਹੁੰਦੀ ਆਜ਼ਾ ਜੀ ਤੇਰੇ ਵਿੱਚ ਦੱਸਦਾ ਪੰਜਾਬ ਜੱਟੀਏ ਇਹ ਕਿਤੇ ਚਾਹਤ ਫਤਿਹ ਅਲੀ ਖਾਨ ਰਾਗ ਤੇ ਨਹੀਂ ਆਪਣੇ ਬਣਾਉਣੇ ਕੋਈ ਕੋਸ਼ਿਸ਼ ਕਰ ਰਹੇ ਆ ਇਹ ਤਾਂ ਆਪਾ ਲਾਉਂਦਾ ਸੰਗਾ ਸੰਗਾ ਲਾਉਂਦਾ ਵਾ ਆਹ ਪਤਾ ਨਹੀਂ ਕਿੰਨੀਆਂ ਲਾਉਂਦਾ ਹਲਕੀ ਸੁਣਾ ਪਤਾ ਨਾ ਲੱਗ ਜਾ ਨੋਟਸ ਚ ਰੱਖੀ ਹੋਈ ਆ ਵਹਿਰੀਆਂ ਦੀ ਖਾਰ ਜਿਹੜੇ ਦੱਬਦੇ ਆ ਭੈੜੇ ਐਸੇ ਰੱਖੇ ਨੀ ਮੈਂ ਯਾਰ ਸੋ ਰੱਬ ਦੀ ਮੈਂ ਕੀਤਾ ਨਹੀਂ ਉਹ ਮਾੜਾ ਕਿਸੇ ਦਾ ਜਾਨੋ ਪਿਆਰਿਆਂ ਨੇ ਦੁਬਾਰਾ ਸੁਣਾ ਦੋ ਇਹਦਾ ਆਪ ਫੜਿਆ ਕਰ ਇਦਾਂ ਕਰਕੇ ਨਾ ਤੇ ਆ ਭਾਈ ਜੀ ਨੂੰ ਦੱਸ ਮੈਂ ਲਈ ਫੋਨ ਮਾੜਾ ਹੈ ਨਾ ਨਹੀਂ ਫੋਨ ਮਾੜਾ ਉਹ ਐਕਸ ਨਹੀਂ ਹੈਗਾ ਵਿੱਚ ਨਹੀਂ ਐਕਸ ਨਹੀਂ ਹੈਗਾ ਮੋਬਾਈਲ ਅੱਛਾ ਐਵੇਂ ਹੀ ਕਰਨਾ ਤੇ ਹੈ ਹਾਂ ਕਿਵੇਂ ਕਰਦੇ ਹੈ ਇਦਾਂ ਅੰਜਮ ਕੋ ਤੈਨੂੰ ਸਿਖਾਵਾਂਗੇ ਨੋਟਸ ਚ ਰੱਖੀ ਹੋਈ ਆ ਵਹਿਰੀਆਂ ਦੀ ਖਾਰ ਜਿਹੜੇ ਗਾਣਾ ਜਿਹੜਾ ਨਾ ਉਹ ਅੜ ਰਿਹਾ ਵਿੱਚ ਬਾਰ ਬਾਰ ਹੁਣ ਆਉਂਦੇ ਚਲੋ ਹੁਣ ਨਹੀਂ ਅੜ ਹੁਣ ਕੁਝ ਵੀ ਆਇਆ ਵਿੱਚ ਸੁਣਾ ਦੇਣਾ ਨੋਟਸ ਚ ਰੱਖੀ ਹੋਈ ਆ ਵਹਿਰੀਆਂ ਦੀ ਖਾਰ ਜਿਹੜੇ ਦੱਬਦੇ ਆ ਭੈੜੇ ਐਸੇ ਰੱਖੇ ਨਹੀਂ ਮੈਂ ਯਾਰ ਸੋ ਰੱਬ ਦੀ ਮੈਂ ਕੀਤਾ ਨਹੀਂ ਉਹ ਮਾੜਾ ਕਿਸੇ ਦਾ ਜਾਨੋ ਪਿਆਰਿਆਂ ਨੇ ਕੀਤੇ ਬੜੇ ਪੇਠੀ ਉੱਤੇ ਵਾਰ ਹੋ ਜੂ ਕਾਮਯਾਬ ਲੱਤੋਂ ਫੜ ਮੈਨੂੰ ਖਿੱਚਿਆ ਕਰਨਾ ਮੈਂ ਪੂਰਾ ਜਿਹੜਾ ਟਾਰਗੇਟ ਮਿੱਥਿਆ ਉਹ ਦੁਨੀਆਂ ਕੀ ਸੋਚਦੀ ਫਿਕਰ ਕੋਈ ਨਾ ਦੁਨੀਆਂ ਕੀ ਸੋਚਦੀ ਫਿਕਰ ਕੋਈ ਨਾ ਪਾਉਣੇ ਚ ਹੀ ਖੁਸ਼ ਜਿਹੜੇ ਮਾਲਕ ਦੇ ਰੰਗ ਉਹ ਮਿਹਨਤ ਨਾ ਛੱਡੀ ਕਦੇ ਘੱਸਦਾ ਨੀ ਚੰਮ ਰੱਬ ਹੋਊ ਤੇਰੇ ਵੱਲ ਮਾੜਾ ਕਰੀ ਨਾ ਕੋਈ ਕੰਮ ਉਹ ਲੱਗ ਜੂਗੀ ਦੇਰ ਤੇ ਅੰਧੇਰ ਕੋਈ ਨਾ ਸੱਚੇ ਪਾਤਸ਼ਾਹ ਨੇ ਮਿਹਨਤ ਨੂੰ ਲਾਉਣੇ ਚਾਰ ਚੰਨ ਉਹ ਨਿੱਕੀ ਉਮਰ ਤੇ ਵੱਡੀ ਮੰਜ਼ਲਾਂ ਨਾ ਟੱਕਰਾ ਰਿਹਾ ਮੈਂ ਹਾਰਿਆ ਬਥੇਰਾ ਪਰ ਮੰਨੀ ਨੀ ਮੈਂ ਹਾਰ ਦੇਣਾ ਕੰਮ ਨਾ ਜਵਾਬ ਕੱਲੀ ਕੱਲੀ ਗੱਲ ਦਾ ਜੋ ਮੇਰੇ ਬਾਪੂ ਨੂੰ ਸੀ ਕਹਿੰਦੇ ਤੇਰਾ ਪੋਤੇ ਹਾਲ ਚਾਲ ਉਹ ਕੀਤਾ ਕੈਰੀ ਹੋਣੇ ਆਪਾਂ ਕੀਤੀਆਂ ਨੀ ਫਿਕਰਾਂ ਉਹ ਸਦਾ ਸੁਖੀ ਰਹਿਣ ਜਿਹੜੇ ਕਰਦੇ ਸੀ ਟੀਚਰਾਂ ਮਾੜੇ ਟਾਈਮ ਨੂੰ ਮੈਂ ਘਰੋਂ ਡਾਂਗ ਨਾਲ ਕੱਢਣਾ ਉਹ ਮਾੜੇ ਟਾਈਮ ਨੂੰ ਮੈਂ ਘਰੋਂ ਡਾਂਗ ਨਾਲ ਕੱਢਣਾ ਮੇਰ ਰੱਬ ਦੀ ਨਾ ਦੇਖੀ ਕਿੱਦਾਂ ਹੁੰਦੀ ਧੰਨ ਧੰਨ ਉਹ ਮਿਹਨਤ ਨਾ ਛੱਡੀ ਕਦੇ ਘੱਸਦਾ ਨੀ ਚੰਮ ਰੱਬ ਹੋਊ ਤੇਰੇ ਵੱਲ ਮਾੜਾ ਕਰੀ ਨਾ ਕੋਈ ਕੰਮ ਖਤਮ ਕਰ ਹੀ ਦੇਣੇ ਇੱਥੇ ਸ਼ਾਮ ਤੇ ਪੈ ਗਈ ਅੰਜਮ ਦੇ ਵਲੌਗ ਸਾਰੇ ਦੇਖਦੇ ਰਹਿ ਜੇ ਵਧੀਆ ਵਧੀਆ ਵਲੌਗ ਬਣਾਊਗਾ ਜਿੱਥੇ ਜਾਇਆ ਕਰੂਗਾ ਹਨਾ ਸ਼ੁਰੂ ਕਰ ਦਿਆਂਗੇ ਹਾਂ ਸ਼ੁਰੂ ਕਰਦੇ ਨੇ ਆਪ ਵਿੱਚ ਦੇ ਲੇਕਿਨ ਦੁਬਾਰਾ ਫਿਰ ਹਾਂ ਪਹਿਲਾਂ ਇਹਦਾ ਆਪਾਂ ਅੱਜ ਤੋਂ ਸ਼ੁਰੂ ਕਰਾਤਾ ਰੌਣਕ ਮੇਲੇ ਵਾਲਾ ਰੌਣਕ ਮੇਲਾ ਫੁੱਲ ਆਇਆ ਕਰੂਗਾ ਵਲੌਗ ਦੇਖਦੇ ਰਹਿ ਜੇ ਸਾਡੇ ਅਗਲੇ ਵਲੌਗ ਲਈ ਸਾਨੂੰ ਦਿਓ ਇਜਾਜ਼ਤ ਮਿਲਦੇ ਹਾਂ ਫਿਰ ਰੱਬ ਰੱਖ